ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਮੈਂ ਥੋੜ੍ਹੀ ਦੇਰ ਪਹਿਲਾਂ ਫੇਸਬੁੱਕ 'ਤੇ ਸ਼ੇਅਰ ਕੀਤਾ ਸੀ, ਤਾਂ ਕਈ ਜਣਿਆਂ ਦੇ ਆਏ ਸੀ ਮੈਸੇਜ ਕਿ ਪੂਰੀ ਕੀ ਗੱਲ ਹੋਈ ਹੈ, ਕੀ ਗੱਲਬਾਤ ਹੋਈ ਹੈ। ਕਈਆਂ ਨੂੰ ਸ਼ਾਇਦ ਨਹੀਂ ਸਮਝ ਆ ਰਹੀ। ਮੈਂ ਕੈਨੇਡਾ ਤੋਂ ਲੰਦਨ ਹੀਥਰੋ ਏਅਰਪੋਰਟ ਲੰਦਨ ਟਰੈਵਲ ਕਰ ਰਹੀ ਸੀ, ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ। ਔਰ ਉੱਥੇ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ, ਮੈਂ ਵੈਸੇ ਹੀ ਭੱਜ ਕੇ ਫੜੀ ਸੀ ਫਲਾਈਟ, ਥੋੜ੍ਹਾ ਚੈੱਕ ਇਨ ਦੇ ਵਿੱਚ ਲੇਟ ਹੋ ਗਿਆ ਜਿੱਦਾਂ ਵੀ। ਉਸ ਤੋਂ ਬਾਅਦ ਫਿਰ ਜਦੋਂ ਬੰਦਾ ਫਲਾਈਟ ਦੇ ਵਿੱਚ ਬੈਠਦਾ ਤਾਂ ਫਲਾਈਟ ਵਾਲੇ ਸਭ ਤੋਂ ਪਹਿਲਾਂ ਪਾਣੀ ਤੁਹਾਨੂੰ ਪੁੱਛਦੇ ਹੈਗੇ ਆ, ਔਰ ਪਾਣੀ ਦੀ ਬੜੀ ਪਿਆਸ ਲੱਗੀ ਹੋਈ ਸੀ ਕਿਉਂਕਿ ਪਾਣੀ ਮੈਂ ਲੈ ਨਹੀਂ ਸਕੀ ਸੀਗੀ ਸਿਕਿਉਰਿਟੀ ਚੈੱਕ। ਸੋਰੀ, ਡਿਸਕਨੈਕਟ ਹੋ ਗਿਆ ਸੀ, ਮੈਨੂੰ ਛੱਡ ਦਿੱਤਾ। ਮੈਨੂੰ ਲੱਗਿਆ ਸ਼ਾਇਦ ਕਈ ਵਾਰੀ ਮਿਸਟੇਕ ਰਹਿ ਜਾਂਦੀ ਹੈ, ਭੁੱਲ ਕੇ ਉਹਨਾਂ ਨੇ ਛੱਡਿਆ ਹੋਏਗਾ। ਅਤੇ ਫਿਰ ਮੈਂ ਜਾ ਕੇ ਉਹਨਾਂ ਨੂੰ ਕਿਹਾ ਕਿ ਮੈਨੂੰ ਪਾਣੀ ਚਾਹੀਦਾ, ਮੈਨੂੰ ਬਹੁਤ ਪਿਆਸ ਲੱਗੀ ਹੈ, ਮੈਨੂੰ ਪਾਣੀ ਦੇ ਦਿਉ। ਕਹਿੰਦੇ ਠੀਕ ਹੈ, ਆਪਾਂ ਹੁਣੇ ਦੇ ਰਹੇ ਹਾਂ। 10 ਮਿੰਟ 15 ਮਿੰਟ ਮੈਂ ਵੇਟ ਕਰਦੀ ਰਹੀ, ਪਾਣੀ ਨਹੀਂ ਆਇਆ। ਫਿਰ ਉੱਥੇ ਇੱਕ ਉਹ ਬਲੈਕ ਵੋਮੈਨ ਸੀਗੀ ਜਿਹੜੀ ਮੋਨਿਕਾ ਨਾਮ ਦੀ ਸੀ, ਜਿਹਨੂੰ ਮੈਂ ਕਿਹਾ ਸੀ, ਜਿਹੜੀ ਸਾਡੀਆਂ 4 ਲਾਈਨਸ ਨੂੰ ਡੀਲ ਕਰ ਰਹੀ ਸੀ। ਉਸ ਤੋਂ ਬਾਅਦ ਫਿਰ ਮੈਨੂੰ ਇੱਕ ਜਿਹੜਾ ਉਹਦੇ ਨਾਲ ਸੀਗਾ, ਉਹਦਾ ਏਅਰ ਹੋਸਟੈਸ ਮੇਲ ਸੀਗਾ, ਉਹਨੇ ਮੈਨੂੰ ਪਾਣੀ ਲਿਆ ਕੇ ਦਿੱਤਾ, ਮੈਂ ਪਾਣੀ ਪੀਤਾ। ਅਤੇ ਉਸ ਤੋਂ ਬਾਅਦ ਫਲਾਈਟ 9:30 ਘੰਟੇ ਦੀ ਸੀ, ਰਾਤ ਹੋ ਗਈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਡਿਨਰ ਸਰਵ ਕੀਤਾ, ਸਾਰਿਆਂ ਨੂੰ ਡਿਨਰ ਸਰਵ ਕੀਤਾ। ਪੂਰੀ ਫਲਾਈਟ ਦੇ ਵਿੱਚੋਂ ਉਹਨਾਂ ਨੇ ਮੈਨੂੰ ਪੁੱਛਿਆ ਤੱਕ ਨਹੀਂ ਕਿ ਤੁਹਾਨੂੰ ਕੀ ਚਾਹੀਦਾ, ਵੈਜੀਟੇਰੀਅਨ ਨੋਨ ਵੈਜੀਟੇਰੀਅਨ ਫੂਡ ਚਾਹੀਦਾ ਨਹੀਂ ਚਾਹੀਦਾ, ਕੁਛ ਵੀ ਨਹੀਂ ਪੁੱਛਿਆ। ਮੈਂ ਦੇਖਦੀ ਰਹੀ, ਮੈਂ ਕਿਹਾ ਕੀ ਹੋ ਰਿਹਾ, ਮੈਨੂੰ ਲੱਗਿਆ ਸ਼ਾਇਦ ਮੈਂ ਦੂਸਰੀ ਵਾਰ ਭੁੱਲ ਸਕਦੇ ਹਾਂ। ਹਾਲਾਂਕਿ ਮੈਂ ਖਾਣਾ ਨਹੀਂ ਖਾਣਾ ਸੀ, ਮੈਂ ਆਪਣੇ ਨਾਲ ਖਾਣਾ ਲੈ ਕੇ ਆਈ ਸੀ। ਇਹ ਇਸ ਚੀਜ਼ ਦਾ ਉਹਨਾਂ ਨੂੰ ਕਿਉਂ, ਉਹਨਾਂ ਨੂੰ ਸਾਰਿਆਂ ਨੂੰ ਪੁੱਛਣਾ ਹੁੰਦਾ, ਉਹਨਾਂ ਨੂੰ ਕੀ ਪਤਾ ਸੀ ਕਿ ਮੈਂ ਖਾਣਾ ਨਹੀਂ ਖਾਣਾ। ਸੋ ਉਹਨਾਂ ਨੇ ਮੈਨੂੰ ਖਾਣਾ ਵੀ ਨਹੀਂ ਪੁੱਛਿਆ, ਸਾਰੀ ਫਲਾਈਟ ਖਾਣਾ ਖਾ ਰਹੀ ਹੈ। ਉਸ ਤੋਂ ਬਾਅਦ ਮੈਂ ਜਾ ਕੇ ਪੁੱਛਿਆ ਮੋਨਿਕਾ, ਜਿਹੜੀ ਉਹ ਖਾਣੇ ਵਾਲੇ ਕਾਊਂਟਰ 'ਤੇ ਸੀਗੀ, ਮੈਂ ਕਿਹਾ ਵੀ ਕੀ ਗੱਲ, ਤੁਸੀਂ ਮੈਨੂੰ ਇੱਦਾਂ ਬਿਹੇਵ ਕਿਉਂ ਕਰ ਰਹੇ ਹੋ, ਹੈ ਨਾ, ਕਿਉਂ ਤੁਸੀਂ ਮੈਨੂੰ ਇਗਨੋਰ ਕਰ ਰਹੇ ਹੋ, ਇਹ ਮੈਨੂੰ ਡਿਸਕ੍ਰਿਮੀਨੇਸ਼ਨ ਫੀਲ ਹੋ ਰਹੀ ਹੈ। ਅਤੇ ਉਹ ਕਹਿ ਰਹੀ, ਨੋ ਨੋ, ਡੋਂਟ ਟੇਕ ਇਟ ਪਰਸਨਲ, ਡੋਂਟ ਟੇਕ ਇਟ ਪਰਸਨਲ, ਆਈ ਫੋਰਗੈਟ ਇਟ ਮੈਨੀ ਟਾਈਮਸ ਯੂ ਫੋਰਗੈਟ। ਮੈਂ ਕਿਹਾ ਮੈਨੀ ਟਾਈਮ ਯੂ ਫੋਰਗੈਟ, ਤੁਸੀਂ ਇੱਕ ਵਾਰੀ ਚੱਕਰ ਤਾਂ ਮਾਰਦੇ ਹੋ, ਮੈਂ ਪੂਰੀ ਫਲਾਈਟ ਦੇਖੀ ਹੈ, ਸਾਰੇ ਖਾਣਾ ਖਾ ਰਹੇ, ਤੁਸੀਂ ਕਿਸੇ ਨੂੰ ਨਹੀਂ ਭੁੱਲੇ ਹੈਗੇ, ਸਿਰਫ ਮੈਨੂੰ ਹੀ ਭੁੱਲੇ ਹਾਂ। ਉਸ ਤੋਂ ਬਾਅਦ ਮੈਂ ਵਾਸ਼ਰੂਮ ਚਲੀ ਗਈ, ਉਹ ਤੋਂ ਬਾਅਦ ਮੇਰੀ ਸੀਟ 'ਤੇ ਉਹ ਖਾਣਾ ਰੱਖ ਗਈ, ਖਾਣਾ ਵੈਜੀਟੇਰੀਅਨ ਸੀ। ਫਿਰ ਮੈਂ ਉਹਨੂੰ ਪੁੱਛਿਆ, ਕਿਉਂਕਿ ਮੈਨੂੰ ਹਾਓ ਸ਼ੀ ਨੋਜ਼ ਕਿ ਮੈਂ ਵੈਜੀਟੇਰੀਅਨ ਹਾਂ। ਵੈਜੀਟੇਰੀਅਨ ਦੇ ਵਿੱਚ ਵੀ ਆਪਸ਼ਨ ਹੁੰਦੀ ਹੈ, ਰਾਈਸ ਹੁੰਦੇ ਨੇ, ਪਾਸਤਾ ਹੁੰਦਾ, ਮੇਰੇ ਲਈ ਪਾਸਤਾ ਰੱਖ ਕੇ ਗਈ। ਤਾਂ ਅਗਰ ਉਹਨੂੰ ਪਤਾ ਵੀ ਹੈ ਕਿ ਮੈਂ ਵੈਜੀਟੇਰੀਅਨ ਹਾਂ, ਹੋ ਸਕਦਾ ਮੇਰੇ ਰਿਲੀਜਨ ਬਾਰੇ ਜਾਣ, ਫਿਰ ਮੈਨੂੰ ਥੋੜ੍ਹਾ ਸ਼ੱਕ ਹੋਇਆ ਕਿ ਇਹ ਬਿਨਾਂ ਪੁੱਛੇ ਤੋਂ ਉਹ ਖਾਣਾ ਰੱਖ ਰਹੀ ਹੈ। ਪਹਿਲਾਂ ਖਾਣਾ ਪੁੱਛ ਨਹੀਂ ਰਹੀ, ਫਿਰ ਖਾਣਾ ਬਿਨਾਂ ਪੁੱਛੇ ਤੋਂ ਰੱਖ ਰਹੀ ਹੈ, ਇਟ ਮੀਨਸ ਉਹ ਜਾਣਦੀ ਹੈ ਸਾਡੇ ਬਾਰੇ। ਫਿਰ ਮੈਨੂੰ ਪੁੱਛਿਆ, ਤੁਹਾਨੂੰ ਕਿੱਦਾਂ ਪਤਾ ਕਿ ਮੈਂ ਵੈਜੀਟੇਰੀਅਨ ਹਾਂ, ਔਰ ਵੈਜੀਟੇਰੀਅਨ ਦੇ ਵਿੱਚ ਵੀ ਆਪਸ਼ਨ ਹੁੰਦੀ ਹੈ, ਯੂ ਸ਼ੁੱਡ ਆਸਕ ਮੀ। ਤਾਂ ਫਿਰ ਡੋਂਟ ਟੇਕ ਇਟ ਪਰਸਨਲ, ਉਹਦੇ ਕੋਲ ਸਿਰਫ ਇੱਕੋ ਹੀ ਜਵਾਬ ਸੀਗਾ। ਉਸ ਤੋਂ ਬਾਅਦ ਚਲੋ ਉਹ ਹੀ ਹੋ ਗਿਆ, ਮੈਂ ਖਾਣਾ ਖਾਣਾ ਹੀ ਨਹੀਂ ਸੀਗਾ, ਮੈਂ ਖਾਣਾ ਉੱਦਾਂ ਹੀ ਪਿਆ ਰਿਹਾ। ਔਰ ਫਿਰ ਬਾਅਦ 'ਚੋਂ ਲੈ ਗਏ। ਉਸ ਤੋਂ ਬਾਅਦ ਫਿਰ ਜਦੋਂ ਫਲਾਈਟ ਲੈਂਡ ਕਰਨ ਵਾਲੀ ਸੀ ਹੀਥਰੋ, ਅਤੇ ਫਿਰ ਉਹਨਾਂ ਨੇ ਸਰਵ ਕੀਤਾ ਜੋ ਵੀ ਬ੍ਰੇਕਫਾਸਟ ਸਨੈਕਸ ਵਗੈਰਾ ਸਰਵ ਕੀਤੇ, ਤਾਂ ਉਦੋਂ ਮੇਲ ਆਇਆ ਸੀ, ਉਹਨੇ ਮੈਨੂੰ ਦਿੱਤਾ, ਪੁੱਛਿਆ ਕੁਛ ਨਹੀਂ, ਉਹਨੇ ਸਿਰਫ ਮੈਨੂੰ ਬਾਕਸ ਦਿੱਤਾ। ਮੈਂ ਪੁੱਛਿਆ ਕਿ ਇਜ਼ ਦਿਸ ਵੈਜੀਟੇਰੀਅਨ, ਫਿਰ ਉਹਨੇ ਚੈੱਕ ਕਰਕੇ ਮੈਨੂੰ ਦੱਸਿਆ ਕਿ ਹਾਂ, ਪੂਰਾ ਵੈਜੀਟੇਰੀਅਨ ਹੈ, ਉਹਦੇ 'ਚ ਇੱਕ ਸਨੈਕ ਮੈਂ ਲਈ ਸੀ। ਫਿਰ ਉਹਨੇ ਮੈਨੂੰ ਪੁੱਛਿਆ, ਤੁਸੀਂ ਕੌਫੀ ਲੈਣੀ ਹੈ ਜਾਂ ਜੂਸ ਲੈਣਾ? ਮੈਂ ਕਿਹਾ ਮੈਂ ਜੂਸ ਲੈਣਾ। 20 ਮਿੰਟ ਲੰਘੇ, ਸਭ ਨੂੰ ਕੌਫੀ ਜੂਸ ਸਰਵ ਕੀਤਾ, ਮੈਨੂੰ ਫੇਰ ਨਹੀਂ ਦਿੱਤਾ। ਔਰ ਦਿਸ ਲੁਕਸ ਸੋ ਵੀਅਰਡ, ਸੀਰੀਅਸਲੀ,
ਮੈਨੂੰ ਬਹੁਤ ਮੈਨੂੰ ਖੁਦ ਨੂੰ ਬਹੁਤ ਡਿਸਕ੍ਰਿਮੀਨੇਸ਼ਨ ਫੀਲ ਹੋ ਰਿਹਾ ਸੀ ਅਤੇ ਫਿਰ ਆਉਣ ਲੱਗੇ ਫਿਰ ਮੈਂ ਮੋਨਿਕਾ ਨੂੰ ਪੁੱਛਿਆ ਕਿ ਤੁਸੀਂ ਮੇਰੇ ਨਾਲ ਇੱਦਾਂ ਕੀਤਾ ਜੋ ਵੀ ਡੋਂਟ ਟੇਕ ਇਟ ਪਰਸਨਲ ਪਰ ਜੋ ਵੀ ਸੀ ਬਹੁਤ ਬੁਰਾ ਸੀ ਇੱਕ ਹੁੰਦਾ ਕਿ ਬੰਦਾ ਭੁੱਲ ਜਾਂਦਾ ਪਰ ਤੁਹਾਨੂੰ ਪਤਾ ਲੱਗ ਜਾਂਦਾ ਤੁਸੀਂ ਇੰਨੇ ਬੁੱਧੂ ਨਹੀਂ ਆ ਮੈਂ ਵੀ ਕਾਫੀ ਚਲੋ ਥੋੜ੍ਹੀ ਬਹੁਤ ਦੁਨੀਆ ਦੇਖੀ ਹੈ ਤਾਂ ਮੈਨੂੰ ਲੱਗਿਆ ਕਿ ਉਹਨਾਂ ਨੇ ਸਾਰਾ ਜਾਣ ਬੁੱਝ ਕੇ ਕੀਤਾ ਹੁਣ ਮੈਂ ਜਾ ਕੇ ਬ੍ਰਿਟਿਸ਼ ਏਅਰਵੇਜ਼ ਦਾ ਕਾਊਂਟਰ ਹੈ ਉੱਥੇ ਮੈਂ ਕੰਪਲੇਂਟ ਫਾਈਲ ਕਰਨ ਲੱਗੀ ਹਾਂ ਲੈਟਸ ਸੀ ਕੀ ਬਣਦਾ ਬਿਲਕੁਲ ਜ਼ਿਆਦਾ ਧੱਕਾ ਕਰਤਾ ਰਮਨ ਵੀਰੇ ਸੀਰੀਅਸਲੀ ਜ਼ਿਆਦਾ ਧੱਕਾ ਕੀਤਾ ਮੈਨੂੰ ਬਹੁਤ ਬੁਰਾ ਫੀਲ ਹੋ ਰਿਹਾ ਸੀ ਔਰ ਰਾਤ ਨੂੰ ਮੈਨੂੰ ਇੰਨੀ ਪਿਆਸ ਲੱਗੀ ਸੀ ਸੀਰੀਅਸਲੀ ਮੇਰਾ ਗਲਾ ਸੁੱਕ ਰਿਹਾ ਸੀ ਮੈਂ ਸੁੱਤੀ ਸੀ ਤਾਂ ਮੈਨੂੰ ਲੱਗਦਾ ਸੀ ਮੈਂ ਪਾਣੀ ਲੈਣਾ ਪਰ ਉਦੋਂ ਸਾਰੇ ਸੁੱਤੇ ਹੋਏ ਸੀ ਸ਼ਾਇਦ ਏਅਰ ਹੋਸਟਸ ਵੀ ਸੁੱਤੇ ਹੋਏ ਸੀ ਉਹ ਮਤਲਬ ਅੱਧਾ ਪੌਣਾ ਘੰਟਾ ਮੈਂ ਬਹੁਤ ਸੀਰੀਅਸਲੀ ਬਹੁਤ ਔਖਾ ਕੱਟਿਆ ਕਿਉਂਕਿ ਮੇਰਾ ਗਲਾ ਸੁੱਕ ਰਿਹਾ ਸੀਗਾ ਉਦੋਂ ਅਸੀਂ ਪਾਣੀ ਨਹੀਂ ਲੈ ਕੇ ਆਉਂਦੇ ਉੱਥੋਂ ਏਅਰਪੋਰਟ ਤੋਂ ਖਰੀਦ ਸਕਦੇ ਹਾਂ ਪਰ ਕਿਉਂਕਿ ਮੈਂ ਜਲਦੀ ਜਲਦੀ ਫਲਾਈਟ ਫੜੀ ਸੀ ਸਿਕਿਉਰਟੀ ਚੈੱਕ 'ਤੇ ਪਾਣੀ ਵਗੈਰਾ ਸੁਟਵਾ ਦਿੰਦੇ ਆ ਪਰ ਓਬਵੀਅਸ ਹੁੰਦਾ ਕਿ ਫਲਾਈਟ ਦੇ ਵਿੱਚ ਤੁਹਾਨੂੰ ਪਾਣੀ ਦਾ ਐਟਲੀਸਟ ਮਿਲੇਗਾ ਹੀ ਸੀਰੀਅਸਲੀ ਧੱਕਾ ਸੀਗਾ ਬਸ ਮੈਂ ਇਹੀ ਦੱਸਣਾ ਸੀ ਕਿ ਮੈਂ ਹੁਣ ਕੰਪਲੇਂਟ ਤਾਂ ਫਾਈਲ ਕਰਾਂਗੀ ਤਾਂ ਕਿ ਅੱਗੇ ਤੋਂ ਕਿਸੇ ਨਾਲ ਨਾ ਹੋਵੇ ਹੁਣ ਲੰਡਨ ਤੋਂ ਦਿੱਲੀ ਤੱਕ ਦੀ ਫਲਾਈਟ ਹੈ ਉਹ ਵੀ ਬ੍ਰਿਟਿਸ਼ ਏਅਰਵੇਜ਼ ਦੀ ਹੈ ਹੋਪ ਸੋ ਸਭ ਠੀਕ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ